किताबों के बोझ ने झुकाया, रिश्वत देना तो खुद पापा ने सिखाया। 99% मार्क्स लाओगे तो घड़ी वरना छड़ी। लिख लिख कर पढ़ा हथेली पर अल्फा बीटा गामा का छाला, कॉन्सेंट्रेटेड H2SO4 ने पूरा पूरा बचपन चला डाला। बचपन तो गया जवानी भी गई, एक पल तो हमें जीने दो जीने दो। बचपन तो गया जवानी भी गई, एक पल तो अब हमें जीने दो जीने दो।
100 ਮੀਟਰ ਰੇਸ ਦੇ ਵਿੱਚੋਂ ਇਸਨੇ ਪਹਿਲੀ ਪੋਜੀਸ਼ਨ ਹਾਸਲ ਕੀਤੀ ਹੈ ਉੱਥੇ ਜਾ ਕੇ ਬਣਾ ਲਾ ਸਾਲੇ ਆ ਉਹਨੇ ਤੇਰੀ ਬੇਇੱਜ਼ਤੀ ਕਰ ਲਈ ਆ ਇੱਥੋਂ ਸਹੀ ਬੰਦ ਹੈ ਪੋਜੀਸ਼ਨ ਜਸਲੀਨ ਕੌਰ ਸੈਕੰਡ ਪੋਜੀਸ਼ਨ ਜਸਲੀਨ ਕੌਰ ਬੱਚੀ ਗੱਤਕਾ ਵੀ ਖੇਡਦੀ ਹੈ ਬਹੁਤ ਵਧੀਆ ਤੇ ਇਹਨੇ ਕੱਲ 100 ਮੀਟਰ ਰੇਸ ਦੇ ਵਿੱਚ ਸੈਕੰਡ ਪੋਜੀਸ਼ਨ ਹਾਸਲ ਕੀਤੀ ਹੈ ਆਈ ਥਰਡ ਥਰਡ ਪੋਜੀਸ਼ਨ ਜਸ਼ਨਪ੍ਰੀਤ ਕੌਰ ਕਲਾਸ 8ਵੀਂ ਟੀਚਰ ਸਾਹਿਬਾਨ ਨੂੰ ਇੱਕ ਬੇਨਤੀ ਹੈ ਜਿਹਨਾਂ ਦੇ ਮੈਂ ਨਾਮ ਅਨਾਊਂਸ ਕਰਦਾ ਤੇ ਉਸ ਅਕਾਰਡਿੰਗ ਹੀ ਭੇਜੀ ਜਾ ਥਰਡ ਪੋਜੀਸ਼ਨ ਜਸ਼ਨਪ੍ਰੀਤ ਕੌਰ ਜਮਾਤ 8ਵੀਂ ਕਲੈਪਿੰਗ ਜ਼ਰੂਰ ਕਰਦੇ ਹਾਂ ਸਾਰੇ ਬੱਚਿਆਂ ਦੇ ਲਈ ਉਸ ਤੋਂ ਬਾਅਦ 100 ਮੀਟਰ ਰੇਸ ਸੀਨੀਅਰ ਫਸਟ ਪੋਜੀਸ਼ਨ ਤੇ ਸੁਮਨਪ੍ਰੀਤ ਕੌਰ 9ਵੀਂ ਕਲਾਸ ਸੈਕਿੰਡ ਪੋਜੀਸ਼ਨ ਨਵ ਨੀਤ ਕੌਰ 9ਵੀਂ ਕਲਾਸ ਤੇ ਥਰਡ ਪੋਜੀਸ਼ਨ ਨੀਸ਼ਾਪ੍ਰੀਤ ਕੌਰ 10ਵੀਂ ਕਲਾਸ ਪਹਿਲਾਂ ਫਸਟ ਪੋਜੀਸ਼ਨ ਸੁਮਨਪ੍ਰੀਤ ਕੌਰ 9ਵੀਂ ਕਲਾਸ ਕਲੈਪਿੰਗ ਜ਼ੋਰਦਾਰ ਤੇ ਥਰਡ ਤੇ ਨੀਸ਼ਾਪ੍ਰੀਤ ਕੌਰ 10ਵੀਂ ਕਲਾਸ ਥਰਡ ਪੋਜੀਸ਼ਨ ਨੀਸ਼ਾਪ੍ਰੀਤ ਕੌਰ 10ਵੀਂ ਕਲਾਸ ਇਸ ਤੋਂ ਬਾਅਦ ਬੋਇਜ਼ 100 ਮੀਟਰ ਰੇਸ ਫਸਟ ਗੁਰਸਿਮਰਨ 7ਵੀਂ ਜਮਾਤ ਜੂਨੀਅਰ ਵਰਗ ਦੇ ਵਿੱਚੋਂ ਸੈਕਿੰਡ ਪੋਜੀਸ਼ਨ ਲਵਪ੍ਰੀਤ ਸਿੰਘ 7ਵੀਂ ਜਮਾਤ ਤੇ ਥਰਡ ਪੋਜੀਸ਼ਨ ਹਰਮਨਪ੍ਰੀਤ ਸਿੰਘ 8ਵੀਂ ਜਮਾਤ ਇਹ ਬੱਚੇ ਰੈਡੀ ਰਹਿਣ ਮੈਡਮ ਸਿਮਰਜੀਤ ਦੇ ਇੱਕ ਸਾਈਡ 'ਤੇ ਲਾਈਨ ਬਣਾ ਲੈਣ ਜਿਨ੍ਹਾਂ ਬੱਚਿਆਂ ਦਾ ਨਾਮ ਅਨਾਊਂਸ ਹੋਈ ਜਾਂਦਾ ਸੈਕਿੰਡ ਪੋਜੀਸ਼ਨ ਲਵਪ੍ਰੀਤ ਸਿੰਘ 7ਵੀਂ ਜਮਾਤ ਦਾ ਵਿਦਿਆਰਥੀ ਇਨਾਮ ਪ੍ਰਾਪਤ ਕਰ ਰਿਹਾ ਸੋ ਤਾੜੀਆਂ ਨਹੀਂ ਰੁਕਣੀਆਂ ਚਾਹੀਦੀਆਂ ਤੁਹਾਨੂੰ ਦਰਿਆਦ ਨਹੀਂ ਕਰਨੀ ਤਾੜੀਆਂ ਦੇ ਮਾਮਲੇ ਵਿੱਚ ਸਾਰੇ ਬੱਚਿਆਂ ਨੂੰ ਹਾਂਜੀ ਹਰਮਨਪ੍ਰੀਤ ਸਿੰਘ ਥਰਡ ਪੋਜੀਸ਼ਨ ਫਸਟ ਪੋਜੀਸ਼ਨ ਜੋ ਸੀਨੀਅਰ ਵਰਗ ਦੇ ਵਿੱਚ 100 ਮੀਟਰ ਰੇਸ ਦੇ ਵਿੱਚ ਪ੍ਰਿੰਸਪ੍ਰੀਤ ਸਿੰਘ 10ਵੀਂ ਜਮਾਤ ਸੈਕਿੰਡ ਪੋਜੀਸ਼ਨ ਸਾਹਿਲਪ੍ਰੀਤ ਸਿੰਘ 8ਵੀਂ ਜਮਾਤ ਤੇ ਥਰਡ ਪੋਜੀਸ਼ਨ ਹਰਸ਼ਪਾਲ ਸਿੰਘ 8ਵੀਂ ਜਮਾਤ ਇਹ ਬੱਚੇ ਜਲਦੀ ਆ ਜਾਣ ਨਹੀਂ ਤਾਂ ਫਿਰ ਠੀਕ ਹੈ ਜੀ ਜਲਦੀ ਹੁਣ ਫਸਟ ਪੋਜੀਸ਼ਨ ਪ੍ਰਿੰਸਪ੍ਰੀਤ ਸਿੰਘ 10ਵੀਂ ਜਮਾਤ ਸੈਕਿੰਡ ਸਾਹਿਲਪ੍ਰੀਤ ਸਿੰਘ 8ਵੀਂ ਜਮਾਤ ਥਰਡ ਪੋਜੀਸ਼ਨ ਹਰਸ਼ਪਾਲ ਸਿੰਘ 8ਵੀਂ ਜਮਾਤ ਹਰਸ਼ਪਾਲ ਥਰਡ ਪੋਜੀਸ਼ਨ ਜਲਦੀ ਸਟੇਜ ਤੇ ਆਉਣ ਦੀ ਕੋਸ਼ਿਸ਼ ਕਰੋ ਸਕੂਲ ਰੇਸ ਦੇ ਵਿੱਚ ਗਾਲ ਦੇ ਵਿੱਚ ਫਸਟ ਪੋਜੀਸ਼ਨ ਨਵਪ੍ਰੀਤ ਕੌਰ ਨਵਪ੍ਰੀਤ ਕੌਰ ਫਸਟ ਪੋਜੀਸ਼ਨ ਸਕੂਲ ਰੇਸ ਦੇ ਵਿੱਚੋਂ ਜਮਾਤ 8ਵੀਂ ਸੈਕਿੰਡ ਪੋਜੀਸ਼ਨ ਮਨਪ੍ਰੀਤ ਕੌਰ 8ਵੀਂ ਜਮਾਤ ਥਰਡ ਪੋਜੀਸ਼ਨ ਨਵਜੋਤ ਕੌਰ 8ਵੀਂ ਜਮਾਤ ਸਕੂਲ ਰੇਸ ਦੇ ਲਾਈਨ ਬਣਾ ਲੈਣ ਲੱਗ ਗਿਆ ਅਮਰੀ ਇੱਥੇ ਤੇ ਆ ਗਏ ਵੀਡੀਓ ਬਣਾ ਸੀਨੀਅਰ ਵਰਗ ਜੂਨੀਅਰ ਵਰਗ ਦੇ ਵਿੱਚ ਤੇ ਸੀਨੀਅਰ ਵਰਗ ਦੇ ਵਿੱਚ ਮੈਂ ਨਾਮ ਅਨਾਊਂਸ ਕਰਨ ਲੱਗੇ ਫਸਟ ਪੋਜੀਸ਼ਨ ਪ੍ਰਨੀਤ ਕੌਰ 10ਵੀਂ ਸੈਕਿੰਡ ਪੋਜੀਸ਼ਨ ਨੀਸ਼ਾਪ੍ਰੀਤ ਕੌਰ 10ਵੀਂ ਤੇ ਥਰਡ ਪੋਜੀਸ਼ਨ ਨਵਨੀਤ ਕੌਰ 10ਵੀਂ ਜਮਾਤ ਮੇਰੇ ਆਵੇ ਜੀ ਵੀ ਸਕੂਲ ਰੇਸ ਵਿੱਚ ਇੱਥੇ ਆਣਾ ਕਰੋ ਪ੍ਰਨੀਤ ਕੌਰ ਫਸਟ ਪੋਜੀਸ਼ਨ ਨੀਸ਼ਾਪ੍ਰੀਤ ਕੌਰ ਸੈਕਿੰਡ ਪੋਜੀਸ਼ਨ ਤੇ ਨਵਨੀਤ ਕੌਰ ਆ ਫੜ ਇਹਨੂੰ ਫੜ ਕੇ ਰੱਖ ਵੀਡੀਓ ਬਣਾ ਨੈਕਸਟ ਸਕੂਲ ਫਸਟ ਪੋਜੀਸ਼ਨ ਇਧਰੋਂ ਫੜ ਕੇ ਰੱਖਣਾ ਇਧਰੋਂ ਫੜ ਸੈਕਿੰਡ ਪੋਜੀਸ਼ਨ ਅਨਮੋਲ ਸਿੰਘ 7ਵੀਂ ਜਮਾਤ ਤੇ ਥਰਡ ਪੋਜੀਸ਼ਨ ਅਮਰਤਪਾਲ ਸਿੰਘ ਇਧਰ ਐਦਾ ਫੜ ਮੈਂ ਮੈਨੂੰ ਆਪਣਾ ਫੋਨ ਦੇ ਮਾਨੀ ਸਰ ਤੂੰ ਰਲ ਸਕੂਲ ਰੇਸ ਬੋਇਜ਼ ਦੇ ਵਿੱਚੋਂ ਲਵਪ੍ਰੀਤ ਸਿੰਘ ਫਸਟ ਪੋਜੀਸ਼ਨ ਸੈਕਿੰਡ ਪੋਜੀਸ਼ਨ ਅਨਮੋਲ ਸਿੰਘ ਆਡੇ ਕਰਮਾ ਦੀ ਕਿੱਥੋਂ ਥਰਡ ਪੋਜੀਸ਼ਨ ਅਮਰਤਪਾਲ ਸਿੰਘ 8ਵੀਂ ਅਮਰਤਪਾਲ ਆਈ ਥਿੰਕ ਚਲਾ ਵਧਾਈ ਹੋਵੇ ਸੀਨੀਅਰ ਵਰਗ ਦੇ ਵਿੱਚ ਇੱਥੇ ਖੜੇ ਇਹਨੂੰ ਫੜ ਕੇ ਰੱਖ ਫਸਟ ਪੋਜੀਸ਼ਨ ਪ੍ਰੀਤ ਸਿੰਘ ਸੈਕਿੰਡ ਪੋਜੀਸ਼ਨ ਜਸਪਾਲ ਸਿੰਘ ਤੇ ਥਰਡ ਪੋਜੀਸ਼ਨ ਵਿਪਨ ਪਾਲ ਸਿੰਘ ਫਸਟ ਸੀਨੀਅਰ ਵਰਗ ਦੇ ਵਿੱਚ ਪ੍ਰਿੰਸ ਪ੍ਰੀਤ ਸੈਕਿੰਡ ਜਸਪਾਲ ਸਿੰਘ ਤੇ ਥਰਡ ਵਿਪਨ ਪਾਲ ਸਿੰਘ ਸਰ ਦੀ ਬਣਾ ਲਈ ਜਲਦੀ ਆਓ ਵੀ ਨਾਮ ਸੁਣਦੇ ਹੀ ਜਲਦੀ ਆਇਆ ਕਰੋ ਥਰੀ ਲੈਗ ਰੇਸ ਦੇ ਵਿੱਚ ਗਰਲਜ਼ ਦੇ ਵਿੱਚੋਂ ਥਰੀ ਲੈਗ ਰੇਸ ਦੇ ਵਿੱਚ ਜਿਹੜੇ ਬੱਚੇ ਨੇ ਵੀਡੀਓ ਬਣਾਉਣੀ ਕਰ ਲਈ ਉਹ ਪਹਿਲੀ ਪਤਾ ਹੈ ਤੁਹਾਨੂੰ ਲਾਈਨ ਬਣਾ ਲਿਆ ਕਰੋ ਵੀਡੀਓ ਫਸਟ ਪੋਜੀਸ਼ਨ ਮਨਪ੍ਰੀਤ ਤੇ ਮੁਸਕਾਨਪ੍ਰੀਤ ਕੌਰ ਬੱਚੀਆਂ ਨੇ ਸੈਕਿੰਡ ਪੋਜੀਸ਼ਨ ਸੋਨੀਆ ਕੌਰ ਤੇ ਰਮਨਦੀਪ ਕੌਰ ਤੇ ਥਰਡ ਪੋਜੀਸ਼ਨ ਪਵਨ ਕੌਰ ਮਨਪ੍ਰੀਤ ਕੌਰ ਤੂੰ ਆਪਣਾ ਫੋਨ ਫੜ ਲਾਇਆ ਮੱਝ ਸਰ ਨਹੀਂ ਮੇਰੇ ਕੋਲੇ ਹੁਣ ਕਿਹੜਾ ਨਹੀਂ ਨਹੀਂ ਫੜਦਾ
ਚੱਲ ਜਾਣਾ 3 ਲੈ ਕੇ ਰੇਸ ਫਸਟ ਪੋਜੀਸ਼ਨ ਮਨਪ੍ਰੀਤ ਕੌਰ ਮੁਸਕਾਨਪ੍ਰੀਤ ਕੌਰ ਤਾੜੀਆਂ ਨਹੀਂ ਰੁਕਣੀਆਂ ਜਿੰਨੀਆਂ ਤਾੜੀਆਂ ਜ਼ਰੂਰ ਮਾਰਿਆ ਕਰੋ ਤੂੰ ਮਾਰ ਮੇਰੇ ਵੰਡੇ ਦੀਆਂ ਫਸਟ ਪੋਜੀਸ਼ਨ ਸੋਨੀਆ ਕੌਰ ਤੇ ਰਮਨਦੀਪ ਕੌਰ ਤੇ ਥਰਡ ਪੋਜੀਸ਼ਨ ਪਵਨਪ੍ਰੀਤ ਕੌਰ ਤੇ ਕੋਮਲਪ੍ਰੀਤ ਕੌਰ ਕਮਲਪ੍ਰੀਤ ਕੌਰ ਹਾਂ ਰਮੂ ਅੱਗੇ ਜੀ ਸੀਨੀਅਰ ਵਰਗ ਦੇ ਵਿੱਚ ਥ੍ਰੀ ਲੈਗ ਰੇਸ ਦੇ ਵਿੱਚੋਂ ਫਸਟ ਪੋਜੀਸ਼ਨ ਨੀਸ਼ਾਪ੍ਰੀਤ ਕੌਰ ਤੇ ਨਵਨੀਤ ਕੌਰ ਸੈਕੰਡ ਪੋਜੀਸ਼ਨ ਸੁਮਨਪ੍ਰੀਤ ਕੌਰ ਤੇ ਪ੍ਰਨੀਤ ਕੌਰ ਥਰਡ ਪੋਜੀਸ਼ਨ ਸਿਮਰਨਜੀਤ ਕੌਰ ਤੇ ਨਵਨੀਤ ਕੌਰ ਇਹ ਬੱਚੇ ਸਟੇਜ ਤੇ ਆਉਂਦੇ ਆ ਥ੍ਰੀ ਲੈਗ ਰੇਸ ਬੋਆਇਜ਼ ਮਨ ਫਸਟ ਪੋਜੀਸ਼ਨ ਮਨਪ੍ਰੀਤ ਸਿੰਘ ਤੇ ਗੁਰਸਿਮਰਨਪ੍ਰੀਤ ਸਿੰਘ ਆਲਰੇਡੀ ਸਰ ਦਾ ਫੋਨ ਲੈਫਟ ਸਟੈਂਡ ਵਾਲੀ ਸਾਈਡ ਤੇ ਬੱਚੇ ਲਾਈਨ ਬਣਾ ਲੈਣ ਸੈਕੰਡ ਪੋਜੀਸ਼ਨ ਅਮਰਪਾਲ ਸਿੰਘ ਤੇ ਅਮਰਤਪਾਲ ਸਿੰਘ ਸੈਕੰਡ ਪੋਜੀਸ਼ਨ 3 ਲੈਗ ਰੇਸ ਦੋਵੇਂ ਹੀ ਅਮਰਤਪਾਲ ਹੈ ਚਲੋ ਕੋਈ ਗੱਲ ਨਹੀਂ ਉਸਦੇ ਬੇਸ ਤੇ ਉਹਨੂੰ ਦੇ ਦਿਓ ਥਰਡ ਪੋਜੀਸ਼ਨ ਗੁਰਜੀਤ ਸਿੰਘ ਤੇ ਹਰਮਨਪ੍ਰੀਤ ਸਿੰਘ 3 ਲੈਗ ਰੇਸ ਗੋਰੀ ਮੈਂ ਕਰਦੇ ਲੱਗੀ ਇਸੇ ਤਰ੍ਹਾਂ ਸੀਨੀਅਰ ਵਰਗ ਦੇ ਵਿੱਚ ਬੋਆਇਜ਼ 3 ਲੈਗ ਰੇਸ ਦੇ ਵਿੱਚ ਅਮਰਤਪਾਲ ਸਿੰਘ 9ਵੀਂ ਤੇ ਜਸਪਾਲ ਸਿੰਘ ਸੈਕੰਡ ਪੋਜੀਸ਼ਨ ਪ੍ਰਿੰਸਪ੍ਰੀਤ ਸਿੰਘ ਤੇ ਆਕਾਸ਼ਦੀਪ ਸਿੰਘ ਥਰਡ ਪੋਜੀਸ਼ਨ ਜਸਕਰਨ ਸਿੰਘ ਤੇ ਅਰਸ਼ਦੀਪ ਸਿੰਘ ਇਹ ਬੱਚੇ ਲਾਈਨ ਬਣਾ ਲੈਣ ਫਸਟ ਪੋਜੀਸ਼ਨ ਅਮਰਤਪਾਲ ਸਿੰਘ ਤੇ ਜਸਪਾਲ ਸਿੰਘ ਸੈਕੰਡ ਪ੍ਰਿੰਸਪ੍ਰੀਤ ਤੇ ਆਕਾਸ਼ ਤੇ ਥਰਡ ਪੋਜੀਸ਼ਨ ਜਸਕਰਨ ਸਿੰਘ ਤੇ ਅਰਸ਼ਦੀਪ ਸਿੰਘ ਮੈਨੂੰ ਫੜਾ ਦੇ ਮੈਨੂੰ ਮਿਲਿਆ ਵਾ ਚੱਲ ਹੜਾ ਹੁਣ ਮੈਂ ਚੱਲੀ ਆ ਰਾਤ ਥੱਕ ਗਿਆ ਸਾਰੇ ਜਾਣੇ ਗਾੜੀ ਹੋ ਗਏ ਬੰਦ ਕਰਦੇ ਕਰਦੇ ਬੰਦ ਆ ਨਹੀਂ ਵੀਡੀਓ ਬਣਨੀ ਆ ਬੰਦ ਹੀ ਨਹੀਂ ਤੇ ਵਿੱਚ ਪੰਖਾਂ ਦੇ ਉੱਤੇ ਲੌਂਗ ਚੱਲ ਮੈਡਮ ਦੀ ਬਣਾ ਲਈ ਇੱਧਰ ਨੂੰ ਮਾਰ ਹਣ ਪਰ ਇਸ ਤੋਂ ਅੱਗੇ ਥਰਡ ਪੋਜੀਸ਼ਨ ਸਿੰਘ ਅਤੇ ਅਰਸ਼ਦੀਪ ਸਿੰਘ ਉੱਤੇ ਨਾਂ ਨੂੰ ਲਿਖਣਾ ਚਾਹੀਦਾ ਹੈ ਜੂਨੀਅਰ ਵਰਗ ਵਿੱਚ ਫਸਟ ਪੋਜੀਸ਼ਨ ਸੁਮਨ ਕੌਰ ਤੇ ਅਰਸ਼ਦੀਪ ਸਿੰਘ ਛੇਵੀਂ ਜਮਾਤ ਵਿਦਿਆਰਥੀ ਇਹ ਬੱਚਾ ਛੇਵੀਂ ਜਮਾਤ ਹੈ ਔਰ ਇਸਨੇ ਬਹੁਤ ਵਧੀਆ ਪਰਫਾਰਮ ਕੀਤਾ ਸੀ ਲੌਂਗ ਜੰਪ ਜੂਨੀਅਰ ਫਸਟ ਪੋਜੀਸ਼ਨ ਅਰਸ਼ਦੀਪ ਸਿੰਘ ਛੇਵੀਂ ਜਮਾਤ ਸੈਕਿੰਡ ਪੋਜੀਸ਼ਨ ਲਵਪ੍ਰੀਤ ਸਿੰਘ ਸੱਤਵੀਂ ਜਮਾਤ ਹਾਂਜੀ ਕਲੈਪਿੰਗ ਕਰਦੇ ਰਹੋ ਜੀ ਥਰਡ ਪੋਜੀਸ਼ਨ ਗੁਰਜੀਤ ਸਿੰਘ ਸਾਡਾ ਇਹ ਵਿਦਿਆਰਥੀ ਗੁਰਜੀਤ ਸਿੰਘ ਹਰ ਪੱਖੋਂ ਬਹੁਤ ਵਧੀਆ ਹਰ ਕੰਮ ਜੋ ਹੈ ਬਹੁਤ ਉਤਸ਼ਾਹ ਨਾਲ ਹਿੱਸਾ ਲੈਂਦਾ ਨੈਕਸਟ ਸੀਨੀਅਰ ਵਰਗ ਵਿੱਚ ਲੌਂਗ ਜੰਪ ਫਸਟ ਪੋਜੀਸ਼ਨ ਪ੍ਰਿੰਸਪ੍ਰੀਤ ਸਿੰਘ ਦਸਵੀਂ ਸੈਕਿੰਡ ਪੋਜੀਸ਼ਨ ਸਾਲਪ੍ਰੀਤ ਸਿੰਘ ਬਹੁਤ ਵਧੀਆ ਇਹਨਾਂ ਨੇ ਖੇਡਾਂ ਵਿੱਚ ਹਿੱਸਾ ਲਿਆ ਔਰ ਫਸਟ ਪੋਜੀਸ਼ਨ ਵਿਸ਼ਾਲ ਸਿੰਘ 400 ਮੀਟਰ ਰੇਸ ਜ਼ੋਰਦਾਰ ਤਾੜੀਆਂ ਨਾਲ ਵਿਸ਼ਾਲ ਸਿੰਘ ਇਹ ਬੱਚਾ ਬਲਾਕ ਲੈਵਲ ਪਰ ਵੀ ਹੈ ਬਹੁਤ ਵਧੀਆ ਇਹਨੇ ਇਸੇ ਤਰ੍ਹਾਂ ਸੈਕਿੰਡ ਪੋਜੀਸ਼ਨ 400 ਮੀਟਰ ਬਲਾਕ ਲੈਵਲ ਤੇ ਅਜੇ ਪਾਲ ਸਿੰਘ ਸਾਡੇ ਬੱਚੇ ਜੋ ਸਕੂਲ ਤੋਂ ਅੱਗੇ
ਫਿਰ ਬਲਾਕ ਤੇ ਵੀ ਵਧੀਆ ਖੇਡਾਂ ਵਿੱਚ ਪਰਫਾਰਮ ਕਰਦੇ ਅਜਾ ਪੂਰਾ ਫਰ ਫਿਰ ਸਾਡੀ ਕੁੜੀ ਕਾਪੀ ਨਾਲ ਹੀ ਰਹੀ ਨਹੀਂ ਪਾਣੀ ਕਾਪੀ ਨਾਲ ਹੀ ਆਵੇ ਸਕੂਲ ਦਾ ਪਿੰਡ ਦਾ ਨਾਮ ਆਗੇ ਰੱਖੀਦਾ ਵਿਸ਼ਾਲ ਸਿੰਘ ਫਸਟ ਪੋਜੀਸ਼ਨ 400 ਮੀਟਰ ਇਸ ਹੁਣ ਤੁਸੀਂ ਇਹ ਸਮਝ ਸਕਦੇ ਹੋ ਕਿ ਸਕੂਲ ਤੇ ਬਲੌਕ ਲੈਵਲ ਤੇ ਗਏ ਤੇ ਬਲੌਕ ਤੋਂ ਵੀ ਤਹਿਸੀਲ ਤੇ ਵਧੀਆ ਪਰਫਾਰਮ ਕਰਕੇ ਆਏ ਸੋ ਇਹਨਾਂ ਦੇ ਉਤਸ਼ਾਹ ਤੁਸੀਂ ਖੂਬ ਤਾੜੀਆਂ ਬਾਰੇ ਵੀ ਕੰਮ ਕਰ ਦਿੱਤਾ ਦੇ ਨਾ ਇਹ ਤਾਂ ਸੈਕਿੰਡ ਪੋਜੀਸ਼ਨ ਅਜੇ ਪਾਲ ਸਿੰਘ ਇਹ ਤਹਿਸੀਲ ਪੱਧਰ ਤੇ ਵੀ ਇਸਨੇ ਸੈਕਿੰਡ ਪੋਜੀਸ਼ਨ ਹਾਸਲ ਕੀਤੀ ਹੈ ਅਜੇ ਪਾਲ ਸਿੰਘ ਬੰਦ ਹੋ ਜਾਣਾ ਸਾਰਾ ਨੱਚਣਾ ਕਿੱਦਾਂ ਹੋਣਾ ਸ਼ਾਇਦ ਸ਼ਾਇਦ ਹੁਣ ਅਸੀਂ ਪ੍ਰਾਇਮਰੀ ਦੇ ਪੜ੍ਹਾਈ ਪੱਖੋਂ ਜਿਹੜੇ ਵਿਦਿਆਰਥੀ ਸਾਡੇ ਚਮਕਦੇ ਸਿਤਾਰੇ ਨੇ ਉਹਨਾਂ ਦਾ ਸਨਮਾਨ ਕਰਾਂਗੇ ਔਰ ਤੁਸੀਂ ਤਾੜੀਆਂ ਦੀ ਗੂੰਜ ਵਿੱਚ ਉਹਨਾਂ ਦਾ ਸਨਮਾਨ ਕਰਾਂਗੇ ਫਸਟ ਕਲਾਸ ਵਿੱਚੋਂ ਅਮਨ ਕੁਮਾਰ ਪ੍ਰਵੀਨ ਕੌਰ ਪ੍ਰਾਇਮਰੀ ਤੋਂ ਫਸਟ ਕਲਾਸ ਦਾ ਅਮਨ ਕੁਮਾਰ ਅਤੇ ਪ੍ਰਵੀਨ ਕੌਰ ਸੈਕਿੰਡ ਕਲਾਸ ਤੋਂ ਪਿਆਰਿਆਂ ਬੱਚੇ ਮੇਰੇ ਸੱਜੇ ਹੱਥ ਇੱਧਰ ਪ੍ਰਭਜੋਤ ਕੌਰ ਅਤੇ ਹਰਮਨਜੀਤ ਸਿੰਘ ਪ੍ਰਭਜੋਤ ਕੌਰ ਅਤੇ ਹਰਮਨਜੀਤ ਸਿੰਘ ਮੁਸਕਾਨ ਕੌਰ ਅਤੇ ਪਵਨਦੀਪ ਕੌਰ ਹਾਂਜੀ ਬੱਚੇ ਮੈਡਮ ਨੇ ਸੋਚਣਾ ਇੱਕ ਥਰਡ ਕਲਾਸ ਦਾ ਮੁਸਕਾਨ ਕੌਰ ਅਤੇ ਪਵਨਦੀਪ ਕੌਰ ਤਾੜੀਆਂ ਬਾਰ ਬਾਰ ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਚੌਥੀ ਕਲਾਸ ਦੇ ਵਿਦਿਆਰਥੀ ਵਿਸ਼ਾਲ ਸਿੰਘ ਅਤੇ ਮਨਿੰਦਰ ਸਿੰਘ ਅੱਠਵੀਂ ਆਈ ਜੇ ਫਿਰ ਮੈਂ ਪੱਕਾ ਹੀ ਆਉਂਗਾ ਇਹ ਸਾਡਾ ਬੱਚਾ ਜੋ ਹੈ ਤੁਸੀਂ ਦੇਖਿਆ ਹੀ ਆ ਇੰਗਲਿਸ਼ ਵਿੱਚ ਬਹੁਤ ਵਧੀਆ ਤਰੀਕੇ ਨਾਲ ਇਹ ਸਾਰਿਆਂ ਨੇ ਉਹਨੇ ਦੱਸਿਆ ਕਿ ਤੁਹਾਨੂੰ ਕਿਵੇਂ ਜਿਹੜੇ ਸਾਡੇ ਸਾਰੇ ਸਰਕਾਰੀ ਸਕੂਲ ਨੇ ਉਹ ਪ੍ਰਾਈਵੇਟ ਸਕੂਲ ਤੋਂ ਬਹੁਤ ਵਧੀਆ ਨੇ ਪ੍ਰਾਈਵੇਟ ਸਕੂਲ ਵਿੱਚ ਬਰਡਨ ਬਹੁਤ ਜ਼ਿਆਦਾ ਪਾ ਦਿੱਤਾ ਜਾਂਦਾ ਹੈ ਬੱਚਿਆਂ ਨੂੰ ਸਭ ਕੰਮ ਕਰ ਲਈ ਦਿੱਤਾ ਜਾਂਦਾ ਅਤੇ ਸਰਕਾਰੀ ਸਕੂਲਾਂ ਸਾਡੀ ਇਹ ਪਹਿਲ ਹੁੰਦੀ ਹੈ ਕਿ ਅਸੀਂ ਬੱਚਿਆਂ ਨੂੰ ਇੱਥੇ ਬਹੁਤ ਜ਼ਿਆਦਾ ਤੋਂ ਜ਼ਿਆਦਾ ਜੋ ਹੈ ਉਹ ਸਿਖਾ ਸਕਾਂ ਸੋ ਅੱਗੇ ਅਸੀਂ ਸੀਨੀਅਰ ਵਰਗ ਵਿੱਚ ਹਾਈ ਸਕੂਲ ਤੋਂ ਹਾਂਜੀ ਛੇਵੀਂ ਕਲਾਸ ਦੀ ਵਿਦਿਆਰਥਣ ਅਨਮੋਲਪ੍ਰੀਤ ਕੌਰ ਇਹ ਸਾਡੇ ਚਮਕਦੇ ਸਿਤਾਰੇ ਨੇ ਜੋ ਬਹੁਤ ਵਧੀਆ ਪੜ੍ਹਾਈ ਵਿੱਚ ਬੜੇ ਉਤਸ਼ਾਹ ਨਾਲ ਪੜ੍ਹਾਈ ਕਰਦੇ ਹਨ ਅਨਮੋਲਪ੍ਰੀਤ ਕੌਰ ਫਿਰ ਸੱਤਵੀਂ ਕਲਾਸ ਤੋਂ ਰੋਮਨਪ੍ਰੀਤ ਕੌਰ ਸੈਕਿੰਡ ਕਲਾਸ ਤੋਂ ਰੋਮਨਪ੍ਰੀਤ ਕੌਰ ਇਹ ਬੱਚੀ ਬਹੁਤ ਜੋਨ ਹੈ ਸੀਨੀਅਰ ਹੈ ਬੜੇ ਧਿਆਨ ਨਾਲ ਅਧਿਆਪਨ ਕਰਦੀ ਹੈ ਔਰ ਫਿਰ ਆਪਣੀ ਪੜ੍ਹਾਈ ਵੱਲ ਧਿਆਨ ਰੱਖਦੀ ਹੈ ਅੱਠਵੀਂ ਕਲਾਸ ਤੋਂ ਸਾਡੀ ਵਿਦਿਆਰਥਣ ਰਮਨਦੀਪ ਕੌਰ ਨੌਵੀਂ ਕਲਾਸ ਤੋਂ ਵਿਦਿਆਰਥਣ ਸੁਮਨਪ੍ਰੀਤ ਕੌਰ ਸੁਮਨਪ੍ਰੀਤ ਕੌਰ ਤੇ ਦਸਵੀਂ ਤੋਂ ਜਸ਼ਨਪ੍ਰੀਤ ਕੌਰ ਨਹੀਂ ਕੁੜੀਆਂ ਨੇ ਪਾਉਣਾ ਮੁੰਡਿਆਂ ਨੇ ਪਾਉਣਾ ਅੱਗੇ ਸਾਡੇ ਕੋਲ ਹੈ ਦਸਵੀਂ ਕਲਾਸ ਦੀ ਮਨਪ੍ਰੀਤ ਕੌਰ ਇੰਟੈਲੀਜੈਂਟ ਸਟੂਡੈਂਟ ਦਸਵੀਂ ਕਲਾਸ ਦੀ ਸਟੂਡੈਂਟਸ
ਹੈਲੋ ਦਸਵੀਂ ਜਮਾਤ ਦਾ ਵਿਦਿਆਰਥੀ ਆਕਾਸ਼ਦੀਪ ਸਿੰਘ ਜਿਹਦੇ ਬਾਰੇ ਮੈਂ ਪਹਿਲਾਂ ਹੀ ਦੱਸ ਚੁੱਕਿਆ ਉਹ ਸਟੇਜ 'ਤੇ ਆਏ ਅਤੇ ਆਪਣਾ ਨਾਮ ਲਵੇ ਕਿਉਂਕਿ ਇਹ ਬੱਚਾ ਵੀ ਬਲਾਕ ਪੱਧਰ 'ਤੇ ਹੋਏ ਗੀਤ ਗਾਇਨ ਮੁਕਾਬਲੇ ਦੇ ਵਿੱਚ ਪੁਜੀਸ਼ਨ ਹਾਸਲ ਕਰਕੇ ਆਇਆ ਸੀਗਾ ਅਤੇ ਇਹ ਬੱਚਾ ਪੜ੍ਹਨ ਦੇ ਵਿੱਚ ਵੀ ਸਾਡੇ ਸਕੂਲ ਦੀ ਸ਼ਾਨ ਹੈ ਸਾਰੇ ਬੱਚੇ ਜ਼ੋਰਦਾਰ ਤਾੜੀਆਂ ਹੌਸਲਾ ਅਫਜਾਈ ਕਰੋ ਆਕਾਸ਼ ਆਲ ਰਾਊਂਡਰ ਤੁਸੀਂ ਦੇਖਿਆ ਮਾਈਮ ਦੇ ਵਿੱਚ ਕਵਿਸ਼ਰੀ ਦੇ ਵਿੱਚ ਕੋਰੀਓਗ੍ਰਾਫੀ ਦੇ ਵਿੱਚ ਗੀਤ ਦੇ ਵਿੱਚ ਪੜ੍ਹਾਈ ਦੇ ਵਿੱਚ ਹਰ ਖੇਤਰ ਦੇ ਵਿੱਚ ਇਹ ਬੱਚਾ ਚਮਕਦਾ ਸਿਤਾਰਾ ਹੈਗਾ ਅਤੇ ਇਸਦੇ ਨਾਲ ਹੀ ਅੰਮ੍ਰਿਤਪਾਲ ਸੱਤਵੀਂ ਜਮਾਤ ਦਾ ਵਿਦਿਆਰਥੀ ਜੋ ਅੰਮ੍ਰਿਤਪਾਲ ਸੀ ਉਹਦੇ ਬਾਰੇ ਤੁਹਾਨੂੰ ਅਸੀਂ ਪਹਿਲਾਂ ਦੱਸ ਚੁੱਕੇ ਹਾਂ ਕਿ ਉਹ ਬੱਚਾ ਵੀ ਗੀਤ ਗਾਇਨ ਦੇ ਵਿੱਚ ਫਸਟ ਪੁਜੀਸ਼ਨ ਬਲਾਕ ਪੱਧਰ 'ਤੇ ਅਤੇ ਅੱਜ ਉਹ ਤਹਿਸੀਲ ਪੱਧਰ 'ਤੇ ਗਿਆ ਭਾਗ ਲੈਣ ਦੇ ਲਈ ਸਾਡੀਆਂ ਸ਼ੁਭ ਇੱਛਾਵਾਂ ਉਹਦੇ ਨਾਲ ਨੇ ਅਤੇ ਚਾਹੁੰਦੇ ਹਾਂ ਸਾਰਿਆਂ ਸਟਾਫ ਕਿ ਉਹ ਤਰੱਕੀਆਂ ਕਰਨ ਅਤੇ ਹੁਣ ਸਾਡੇ ਸਪੈਸ਼ਲ ਸੱਦੇ 'ਤੇ ਛੋਟੇ ਛੋਟੇ ਬੱਚੇ ਤੋਂ ਆਏ ਸੀ ਨਾਚ 'ਤੇ ਅਭੀ ਅਭੀ ਜੋਤ ਉਹਨਾਂ ਨੂੰ ਸਾਡੇ ਸਟਾਫ ਵੱਲੋਂ ਇੱਕ ਟੋਕਨ ਆਫ ਲਵ ਦੇ ਰੂਪ ਦੇ ਵਿੱਚ ਸਨਮਾਨਿਤ ਕੀਤਾ ਜਾ ਰਿਹਾ ਬਹੁਤ ਹੀ ਨਵੇਂ ਕਿਉਂਕਿ ਬੱਚੇ ਹੈ ਅਤੇ ਬੜਾ ਚਾਅ ਹੁੰਦਾ ਇਹਨਾਂ ਨੂੰ ਕਿ ਸਾਨੂੰ ਵੀ ਪ੍ਰਾਈਜ਼ ਮਿਲੇ ਆਪਣੀ ਪੜ੍ਹਾਈ ਦੇ ਵਿੱਚ ਅਤੇ ਹੋਰ ਸਾਰੇ ਖੇਤਰਾਂ ਦੇ ਵਿੱਚ ਇਹ ਅੱਗੇ ਰਹਿੰਦੇ ਸਾਡੇ ਸਟਾਫ ਵੱਲੋਂ ਇਹਨਾਂ ਨੂੰ ਟੋਕਨ ਆਫ ਲਵ ਦੇ ਰੂਪ ਦੇ ਵਿੱਚ ਛੋਟਾ ਜਿਹਾ ਗਿਫਟ ਭੇਂਟ ਕੀਤਾ ਜਾ ਰਿਹਾ ਅਤੇ ਹੁਣ ਮੈਂ ਲਾਸਟ ਦੇ ਵਿੱਚ ਜਿਹੜਾ ਆਪਣੀ ਇੱਕ ਹੀ ਆਈਟਮ ਰਹਿ ਗਈ ਉਹ ਹੈ ਗੱਤਕਾ ਅਤੇ ਗੱਤਕੇ ਵਾਲੇ ਬੱਚੇ ਜਿਹੜੇ ਹੈਗੇ ਆ ਉਹ ਤਿਆਰ ਹੈ ਅਤੇ ਸਾਊਂਡ ਵਾਲੇ ਵੀਰ ਨੂੰ ਬੇਨਤੀ ਹੈ ਕਿ ਉਹਨਾਂ ਦਾ ਜਿਹੜਾ ਸਾਊਂਡ ਹੈ ਉਹ ਅਤੇ ਸਾਰੇ ਹੀ ਸਟਾਫ ਨੂੰ ਮੇਰੀ ਬੇਨਤੀ ਹੈ ਕਿ ਆਪਣੀ ਆਪਣੀ ਸਥਾਨ ਲੈ ਲੈਣ ਅਤੇ ਜੋ ਲਾਸਟ ਆਈਟਮ ਹੈ ਉਸ ਤੋਂ ਬਾਅਦ ਆਪਣੇ ਪ੍ਰੋਗਰਾਮ ਦੀ ਸਮਾਪਤੀ ਹੈ ਸਾਰੇ ਬੱਚਿਆਂ ਨੇ ਚੁੱਪ ਚਾਪ ਬੈਠਣਾ ਹੈ ਅਤੇ ਨੇੜੇ ਨਹੀਂ ਆਉਣਾ ਥੋੜ੍ਹਾ ਹਟ ਕੇ ਬੈਠਣਾ ਪਿੱਛੇ ਕਿਉਂਕਿ ਉਹਨਾਂ ਨੂੰ ਸਪੇਸ ਹੈ ਜਿਹੜੀ ਤੁਹਾਡੀ ਜ਼ਿਆਦਾ ਚਾਹੀਦੀ ਹੁੰਦੀ ਹੈ ਗੱਤਕੇ ਵਾਲਿਆਂ ਨੂੰ ਉਹ ਬੈਕ 'ਤੇ ਚਲੇ ਜਾਣ ਪਿੱਛੇ ਚਲੇ ਜਾਣ ਨਹੀਂ ਕਰਨਾ ਕਿਸੇ ਬੱਚੇ ਨੇ ਜ਼ਿਆਦਾ ਨਹੀਂ ਕਰਨਾ ਜ਼ਰੂਰ